ਕਿਸੇ ਵੀ ਇੱਛਾਧਾਰੀ ਸੱਪ ਨੂੰ ਮਾਰਨਾ ਬਹੁਤ ਹੀ ਵੱਡਾ ਪਾਪ ਸਮਝਿਆ ਜਾਂਦਾ ਹੈ, ਪਰ ਕਈ ਲੋਕ ਇਸ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਇਸ ਚੀਜ਼ ਦੇ ਮਾੜੇ ਨਤੀਜੇ ਭੁਗਤਣੇ ਪੈਂਦੇ ਹਨ ਜੋ ਉਹਨਾਂ ਦੀਆਂ ਰਾਤਾਂ ਦੀਆਂ ਨੀਂਦਾਂ ਤਬਾਹ ਕਰ ਦਿੰਦੇ ਹਨ। ਸਾਡੀ ਅੱਜ ਦੀ ਇਹ ਵੀਡੀਓ ਅਜਿਹੀ ਹੀ ਇੱਕ ਸੱਚੀ ਅਤੇ ਅਨੋਖੀ ਘਟਨਾ ਉੱਤੇ ਆਧਾਰਿਤ ਹੈ। ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ 'ਚ। ਪਟਿਆਲਾ ਦੇ ਨੇੜੇ ਪੈਂਦੇ ਇੱਕ ਪਿੰਡ ਵਿੱਚ ਹਰਦੀਪ ਸਿੰਘ ਨਾਮ ਦਾ ਇੱਕ ਲੜਕਾ ਰਹਿੰਦਾ ਸੀ ਜਿਸ ਦੀ ਉਮਰ ਲਗਭਗ 30 ਸਾਲ ਦੀ ਸੀ, ਪਰ ਅਜੇ ਤੱਕ ਉਸਦਾ ਵਿਆਹ ਨਹੀਂ ਸੀ ਹੋਇਆ ਅਤੇ ਬਹੁਤ ਸਾਰੀਆਂ ਮੁਸੀਬਤਾਂ ਉਸਦੀ ਜ਼ਿੰਦਗੀ ਵਿੱਚ ਚੱਲਦੀਆਂ ਹੀ ਰਹਿੰਦੀਆਂ ਸਨ। ਇਸ ਸਭ ਦੇ ਪਿੱਛੇ ਉਸਦੇ ਕੋਲੋਂ ਹੋਈ ਇੱਕ ਭੁੱਲ ਦਾ ਬਹੁਤ ਵੱਡਾ ਰਾਜ ਛਿਪਿਆ ਹੋਇਆ ਸੀ ਜੋ ਉਸਨੂੰ ਇਹ ਸਭ ਕੁਝ ਦੇਖਣ ਉੱਤੇ ਮਜਬੂਰ ਕਰ ਰਿਹਾ ਸੀ। ਦਰਅਸਲ ਜਦੋਂ ਉਹ ਲੜਕਾ 20 ਸਾਲ ਦਾ ਸੀ ਤਾਂ ਉਹਨਾਂ ਦੇ ਘਰ ਦੇ ਲਾਗੇ ਇੱਕ ਬਹੁਤ ਪੁਰਾਣੀ ਨਾਗ ਦੇਵਤੇ ਦੀ ਜਗ੍ਹਾ ਸੀ ਜਿਸ ਵਿੱਚ ਬਹੁਤ ਸਾਲਾਂ ਤੋਂ ਇੱਕ ਸੱਪ ਅਤੇ ਸੱਪਣੀ ਰਹਿ ਰਹੇ ਸਨ। ਮਤਲਬ ਕਿ ਉਸ ਸਮੇਂ ਤਾਂ ਉਸ ਲੜਕੇ ਦਾ ਜਨਮ ਵੀ ਨਹੀਂ ਸੀ ਹੋਇਆ ਜਦੋਂ ਤੋਂ ਉਹ ਸੱਪ ਅਤੇ ਸੱਪਣੀ ਉਸ ਜਗ੍ਹਾ ਵਿੱਚ ਰਹਿ ਰਹੇ ਸਨ। ਬਹੁਤ ਸਾਰੇ ਪਿੰਡ ਦੇ ਅਤੇ ਲਾਗੇ ਦੇ ਪਿੰਡਾਂ ਦੇ ਲੋਕ ਹਰ ਰੋਜ਼ ਉਸ ਜਗ੍ਹਾ ਵਿੱਚ ਉਸ ਸੱਪ ਅਤੇ ਸੱਪਣੇ ਨੂੰ ਦੁੱਧ ਪਾਉਣ ਦੇ ਲਈ ਆਉਂਦੇ ਸਨ ਅਤੇ ਉਸ ਜਗ੍ਹਾ ਦੀ ਪੂਜਾ ਕਰਦੇ ਸਨ। ਪਰ ਪਤਾ ਨਹੀਂ ਉਸ ਲੜਕੇ ਨੂੰ ਉਹਨਾਂ ਤੋਂ ਕੀ ਸਮੱਸਿਆ ਸੀ ਕਿ ਉਹ ਚਾਹੁੰਦਾ ਸੀ ਕਿ ਉਹ ਉਹਨਾਂ ਦੋਵਾਂ ਨੂੰ ਖਤਮ ਕਰ ਦੇਵੇ। ਉਸਨੇ ਬੜੀ ਵਾਰ ਸੱਪ ਅਤੇ ਸੱਪਣੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸਦੀ ਕੋਸ਼ਿਸ਼ ਨਾਕਾਮ ਰਹਿ ਜਾਂਦੀ। ਇੱਕ ਵਾਰ ਜਦੋਂ ਲਗਭਗ ਰਾਤ 8 ਵਜੇ ਦਾ ਸਮਾਂ ਸੀ ਤਾਂ ਹਰ ਪਾਸੇ ਹਨੇਰਾ ਛਾ ਗਿਆ, ਕਿਸੇ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਇਸੇ ਗੱਲ ਦਾ ਫਾਇਦਾ ਚੁੱਕ ਕੇ ਉਹ ਉਸ ਜਗ੍ਹਾ ਦੇ ਅੰਦਰ ਚਲਾ ਗਿਆ ਅਤੇ ਉਸਨੇ ਦੋਵੇਂ ਸੱਪ ਅਤੇ ਸੱਪਣੀ ਨੂੰ ਮਾਰ ਦਿੱਤਾ ਅਤੇ ਚੁੱਪ ਕਰਕੇ ਆਪਣੇ ਘਰ ਆ ਗਿਆ ਅਤੇ ਸੌਂ ਗਿਆ। ਜਦੋਂ ਸਵੇਰ ਹੋਈ ਤਾਂ ਪਿੰਡ ਦੀਆਂ ਕੁਝ ਜਨਾਨੀਆਂ ਸਵੇਰੇ ਸੱਪ ਅਤੇ ਸੱਪਣੀ ਨੂੰ ਦੁੱਧ ਪਾਉਣ ਦੇ ਲਈ ਆਈਆਂ, ਪਰ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਦੋਵੇਂ ਤਾਂ ਮਰੇ ਪਏ ਹਨ ਤਾਂ ਉਹ ਡਰ ਗਈਆਂ। ਇੰਨੇ ਨੂੰ ਲਾਗੇ ਲਾਗੇ ਸਾਰੇ ਰੌਲਾ ਪੈ ਗਿਆ, ਪਰ ਕਿਸੇ ਨੂੰ ਪਤਾ ਨਾ ਲੱਗਿਆ ਕਿ ਇਹ ਕੰਮ ਕਿਸਨੇ ਕੀਤਾ ਹੈ। ਪਰ ਉਸ ਦਿਨ ਤੋਂ ਬਾਅਦ ਕਦੇ ਵੀ ਉਸ ਲੜਕੇ ਨੂੰ ਚੈਨ ਦੀ ਨੀਂਦ ਨਸੀਬ ਨਾ ਹੋਈ ਅਤੇ ਉਹ ਤੜਫਦਾ ਹੀ ਰਿਹਾ। ਉਸਦੀ ਜ਼ਿੰਦਗੀ ਵਿੱਚ ਹੋਣ ਵਾਲਾ ਕੋਈ ਵੀ ਕੰਮ ਸਿਰੇ ਨਹੀਂ ਸੀ ਚੜ੍ਹਦਾ, ਹਰ ਕੰਮ ਵਿੱਚ ਰੁਕਾਵਟਾਂ ਹੀ ਪੈਂਦੀਆਂ ਸਨ ਜਿਸ ਵਜ੍ਹਾ ਕਰਕੇ ਉਸਦੇ ਘਰ ਵਾਲੇ ਵੀ ਪਰੇਸ਼ਾਨ ਹੁੰਦੇ ਸਨ। ਜਦੋਂ ਵੀ ਉਹ ਕੋਈ ਨਵਾਂ ਕੰਮ ਸ਼ੁਰੂ ਕਰਨ ਦੇ ਲਈ ਜਾਂਦਾ ਸੀ ਤਾਂ ਉਸ ਨੂੰ ਉਹ ਸੱਪ ਅਤੇ ਸੱਪਣੀ ਆਪਣੀਆਂ ਅੱਖਾਂ ਦੇ ਅੱਗੇ ਨਜ਼ਰ ਆਉਂਦੇ ਸਨ ਜੋ ਉਸਨੂੰ ਅੱਗੇ ਨਹੀਂ ਸੀ ਵਧਣ ਦਿੰਦੇ। ਇਸੇ ਤਰ੍ਹਾਂ ਹੀ ਜਦੋਂ ਉਸਨੇ ਘਰ ਵਾਲੇ ਉਸਦਾ ਰਿਸ਼ਤਾ ਕਰਨ ਦੀ ਕੋਸ਼ਿਸ਼ ਕਰਦੇ ਸਨ ਉਹ ਵੀ ਸਿਰੇ ਨਹੀਂ ਸੀ ਚੜ੍ਹਦਾ। ਉਹਨਾਂ ਨੇ ਬਹੁਤ ਰਿਸ਼ਤੇ ਦੇਖੇ ਪਰ ਕੋਈ ਵੀ ਸਿਰੇ ਨਹੀਂ ਚੜ੍ਹਿਆ। ਪੂਰੇ 7 ਸਾਲ ਤੱਕ ਰਿਸ਼ਤੇ ਦੇਖਣ ਤੋਂ ਬਾਅਦ ਆਖਿਰ ਜਦੋਂ ਉਹ 30 ਸਾਲਾਂ ਦਾ ਹੋਇਆ ਤਾਂ ਉਸ ਨੂੰ ਇੱਕ ਲੜਕੀ ਦਾ ਰਿਸ਼ਤਾ ਆਇਆ। ਉਹਨਾਂ ਨੇ ਉਸੇ ਸਮੇਂ ਹੀ ਵਿਆਹ ਲਈ ਹਾਂ ਕਰ ਦਿੱਤੀ, ਇੱਥੋਂ ਤੱਕ ਕਿ ਉਹਨਾਂ ਨੇ ਲੜਕੀ ਦੀ ਤਸਵੀਰ ਤੱਕ ਨਾ ਦੇਖੀ ਅਤੇ ਰਿਸ਼ਤੇ ਦੇ ਲਈ ਹਾਂ ਕਰ ਦਿੱਤੀ। ਇਸ ਸਭ ਤੋਂ ਬਾਅਦ ਉਹਨਾਂ ਨੇ ਸਿੱਧਾ ਵਿਆਹ ਦੀ ਤਰੀਕ ਰੱਖ ਦਿੱਤੀ। ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਉਹਨਾਂ ਨੇ ਵਿਆਹ ਦੀ ਤਰੀਕ ਰੱਖ ਦਿੱਤੀ। ਆਖਿਰ ਪੂਰੇ ਇੱਕ ਹਫ਼ਤੇ ਬਾਅਦ ਵਿਆਹ ਵਾਲਾ ਦਿਨ ਆ ਗਿਆ, ਪਰ ਜਦੋਂ ਉਹ ਸਾਰੇ ਬਰਾਤ ਦੀ ਤਿਆਰੀ ਕਰ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਘਰ ਲਗਭਗ ਹਜ਼ਾਰਾਂ ਦੀ ਗਿਣਤੀ ਵਿੱਚ ਸੱਪ ਅਤੇ ਸੱਪਣੀ, ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੋਂ ਆ ਗਏ ਹਨ। ਸਾਰੇ ਲੋਕ ਚੀਕਾਂ ਮਾਰਦੇ ਘਰ ਤੋਂ ਬਾਹਰ ਵੱਲ ਭੱਜਣ ਲੱਗ ਪਏ ਅਤੇ ਉਸ ਘਰ ਵਿੱਚ ਸਿਰਫ ਉਹ ਲੜਕਾ ਹੀ ਰਹਿ ਗਿਆ ਜਿਸ ਨੂੰ ਸੱਪਾਂ ਨੇ ਘੇਰਾ ਪਾਇਆ ਹੋਇਆ ਸੀ। ਉਸ ਕੋਲੋਂ ਕੋਈ ਵੀ ਰਾਹ ਨਹੀਂ ਸੀ ਬਚਿਆ ਜਿਸ ਦੇ ਰਾਹੀਂ ਉਹ ਘਰੋਂ ਬਾਹਰ ਜਾ ਸਕੇ। ਉਸ ਲੜਕੇ ਨੂੰ ਪੂਰਾ ਪਤਾ ਸੀ ਕਿ ਉਸ ਨਾਲ ਇਹ ਸਭ ਕਿਉਂ ਹੋ ਰਿਹਾ ਹੈ। ਉਸਨੇ ਉਹਨਾਂ ਸੱਪਾਂ ਦੇ ਅੱਗੇ ਬਹੁਤ ਹੱਥ ਪੈਰ ਜੋੜੇ ਪਰ ਉਹ ਪਿੱਛੇ ਹੀ ਨਹੀਂ ਸੀ ਹਟ ਰਹੇ ਅਤੇ ਉਸਨੂੰ ਡੰਗ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਆਖਿਰ ਇੱਕ ਸੱਪ ਨੇ ਉਸਨੂੰ ਡੰਗ ਮਾਰ ਦਿੱਤਾ ਅਤੇ ਉਸੇ ਵੇਲੇ ਉਸਦੀ ਮੌਤ ਹੋ ਗਈ। ਉਸਦੀ ਮੌਤ ਹੁੰਦਿਆਂ ਹੀ ਸਾਰੇ ਸੱਪ ਆਪਣੇ ਆਪ ਚਲੇ ਗਏ। ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਨੇ ਉਸ ਸੱਪ ਅਤੇ ਸੱਪਣੀ ਦੀ ਮੌਤ ਦਾ ਬਦਲਾ ਪੂਰਾ ਕਰ ਲਿਆ ਹੋਵੇ। ਧੰਨਵਾਦ।